ਪਰਮ ਸਤਿਕਾਰ ਜਦੋਂ ਸਾਧ ਸੰਗਤ ਜੀ ਪਿੱਛੇ ਗੱਲ ਚਲਾਈ ਸੀ, ਬਾਬਾ ਜੀ ਬ੍ਰਹਮ ਗਿਆਨੀ ਬ੍ਰਹਮ ਦੀਆਂ ਬਾਤਾਂ ਪਾਉਂਦੇ ਹੁੰਦੇ ਸਨ। ਇੱਕ ਵਾਰੀ ਰਾਤ ਬਾਬਾ ਜੀ ਦੀ ਗੁਫਾ ਕਹਿ ਲਈਏ, ਜੋ ਕੱਚਾ ਕੁਠੀਆ ਹੁੰਦਾ ਸੀ ਜਿਹਦੇ ਦੋਵੇਂ ਪਾਸੇ ਦੋ ਦਰਵਾਜ਼ੇ ਦੱਖਣ ਅਤੇ ਪੂਰਬ ਵੱਲ, ਅਤੇ ਤਕਰੀਬਨ 12 ਕੁ ਫੁੱਟ ਲੰਮਾ ਸੀ ਅਤੇ 10 ਫੁੱਟ ਚੌੜਾ, ਅਤੇ ਇੱਕ ਪਾਸੇ ਬਾਬਾ ਜੀ ਦਾ ਤਖ਼ਤ ਪੋਸ਼ ਬੈਠਾ ਡੱਠਾ ਹੁੰਦਾ ਸੀ ਜਿਹਦੇ 'ਤੇ ਆਪ ਬਿਰਾਜਮਾਨ ਹੁੰਦੇ ਸਨ। ਲਾਗੇ ਸੰਗਤਾਂ ਜਿਹੜੀਆਂ ਕੋਈ 5-7 ਸਰੀਰ ਜਿਹੜੇ ਆ ਨਿੱਕੇ ਘੁੰਮਣਾ ਦੇ ਥੱਲੇ ਬੈਠੇ ਹੁੰਦੇ ਸਨ। ਅਤੇ ਦਾਸ ਨੂੰ ਵੀ ਹੁਕਮ ਹੋਇਆ ਕਿ ਬੱਚੂ ਸਾਡੇ ਕੋਲ ਆ ਜਾਇਆ ਕਰ, ਨਾਲੇ ਜਪਜੀ ਸਾਹਿਬ ਪੜ੍ਹਨ ਦੀ ਜਾਚ ਆਜੂ, ਅਤੇ ਸਾਡੇ ਕੋਲ ਰਾਤ ਆ ਜਾਇਆ ਕਰ। ਅਸੀਂ ਲਾਂਭਲੇ ਪਿੰਡ ਦੇ ਨੂੰ ਰਾਤ 'ਤੇ ਨਹੀਂ ਰਹਿਣ ਦਿੰਦੇ, ਪਰ ਚੱਲ ਤੂੰ ਸਾਡੇ ਕੋਲ ਆ ਜਾਇਆ ਕਰ। ਜਦੋਂ ਆਪਾਂ ਬਾਬਾ ਜੀ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਰਾਤ ਨੂੰ, ਅਤੇ ਇੱਕ ਦਿਨ ਮੌਕਾ ਬਣਿਆ ਕਿ ਬਾਬਾ ਜੀ ਕਹਿਣ ਲੱਗੇ ਕੋਈ ਮਾਂ ਦੀ ਗੋਦ ਛੱਡ ਕੇ ਆਇਆ, ਕੋਈ ਆਪਣੀ ਸਿੰਘਣੀ ਛੱਡ ਕੇ ਆਇਆ, ਅਤੇ ਸਾਡੇ ਕੋਲ ਆਣ ਕੇ ਰਾਤ ਠਰਦੇ ਰਹਿੰਦੇ ਆ। ਕੋਈ ਬ੍ਰਹਮ ਦੀ ਗੱਲ ਵੀ ਬੁੱਝਦੇ ਜੇ, ਬ੍ਰਹਮ ਦੀ ਗੱਲ ਵੀ ਪਛਾਣਦੇ ਜੇ, ਮੈਂ ਬ੍ਰਹਮ ਦੀ ਬਾਤ ਪਾਉਣ ਲੱਗਾ ਵਾਂ ਅਤੇ ਮੇਰੀ ਬਾਤ ਦਾ ਕੋਈ ਜਵਾਬ ਦਿਓ। ਤਕਰੀਬਨ ਰਾਤ 12 ਵਜੇ ਦਾ ਟਾਈਮ ਸੀ। ਸੰਗਤ ਨੂੰ ਯਾਦ ਰਹੇ ਕਿ ਮਹਾਂਪੁਰਖ ਰਾਤ ਸਾਰੀ ਬੰਦਗੀ 'ਚ ਲੱਗੇ ਹੁੰਦੇ ਰਹਿੰਦੇ ਸਨ, ਅਤੇ 11:30 ਵਜੇ ਤਕਰੀਬਨ ਗੇਤਾ ਹੀ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੁੰਦੇ ਸਨ। ਕਈ ਵਾਰੀ ਰਾਤ ਆਪੇ ਹੀ ਮੌਜੀ ਠਾਕਰਾਂ ਨੇ ਬ੍ਰਹਮ ਦੀਆਂ ਬਾਤਾਂ ਪਾਉਣੀਆਂ ਅਤੇ ਕਿਸੇ ਨੂੰ ਸਮਝਣਾ ਆਉਣੀ, ਪਰ ਉਸ ਦਿਨ ਬਾਬਾ ਜੀ ਨੇ ਆਖਿਆ ਕਿ ਮੈਂ ਬਾਤ ਪਾਉਣਾ, ਤੁਸੀਂ ਬੁੱਝੋ। ਬਾਬਾ ਜੀ ਨੇ ਹੁਕਮ ਲਾਗੂ ਕੀਤਾ, ਸੰਗਤ ਨੇ ਕਿਹਾ ਕਿ ਪਾਓ। ਬਾਬਾ ਜੀ ਨੇ ਬਾਤ ਪਾਈ, ਕਾਲੀ ਕਲਾ ਵਰਤਾਏ ਕੇ ਦਿੱਤੇ ਸਭ ਭਰਮਾਏ, ਗਹਿਲਾ ਨੂਰ ਭੁਲਾਏ ਕੇ ਦੇਵੀ ਦੇਵਤੇ ਮੜੀਆਂ ਮਸੀਤਾਂ ਕਬਰਾਂ ਨੂੰ ਮੱਥੇ ਟਿਕਾਏ। ਹੁਣ ਸੰਗਤ ਦੇ ਵਿੱਚੋਂ 5-4 ਵਾਰੀ ਬਾਬਾ ਜੀ ਨੇ ਬਚਨ ਕੀਤਾ ਕਿ ਬੁੱਝੋ ਬੁੱਝੋ, ਕੋਈ ਜਵਾਬ ਨਾ ਦੇਵੇ। ਦਾਸਰੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜੇ ਹੁਕਮ ਹੋਵੇ ਤਾਂ ਮਹਾਰਾਜ ਜੀ ਫਿਰ ਕੋਈ ਬਾਤ ਦਾ ਜਵਾਬ ਦਈਏ। ਹਾਂ ਬੱਚੂ ਦੇ, ਅਤੇ ਆਪਾਂ ਹੱਥ ਜੋੜ ਕੇ ਲਾਗੇ ਖਲੋਤੇ, ਕਿਉਂਕਿ ਬਾਬਾ ਜੀ ਉਸ ਟਾਈਮ ਥੋੜ੍ਹਾ ਜੋਚੀ ਸੁਣਦਾ ਸੀ। ਅਤੇ ਆਪਾਂ ਆਵਾਜ਼ 'ਚ ਕਿਹਾ ਕਿ ਜਗਤ ਜਲੰਧਰ ਰਾਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉੱਭਰੇ ਤੇਤੇ ਲਿਓ ਬਾਰ। ਫਿਰ ਬੋਲੇ ਆਂਦੇ ਬੱਚੂ ਕੀ ਆਂਦਾ, ਮੈਂ ਫਿਰ ਉੱਚੀ ਨਾ ਇਸ ਇਹੋ ਬਚਨ ਸੁਣਾਇਆ, ਜਗਤ ਜਲੰਧਰ ਰਾਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉੱਭਰੇ ਤੇਤੇ ਲਿਓ ਬਾਰ। ਤਾਂ ਗਾੜੀ ਹੁਕਮ ਹੋਇਆ ਕਿ ਉਭਾਰ ਕਿਸ ਤਰ੍ਹਾਂ ਲਈਏ ਬੱਚੂ, ਇਹ ਤਾਂ ਘਰ ਘਰ ਦੁਕਾਨਾਂ ਖੋਲ੍ਹ ਕੇ ਬਹਿ ਗਏ ਆ, ਘਰ ਘਰ ਵਿੱਚ ਦੁਕਾਨਾਂ ਖੋਲ੍ਹ ਕੇ ਬਹਿ ਗਏ। ਕਾਲੀ ਕਿਹਨੂੰ ਕਹਿੰਦੇ ਸੀ, ਕਾਲੀ ਕਲਾ ਵਰਤਾ ਕੇ, ਕਾਲਯੁੱਗ ਨੇ ਕੋਈ ਕਲਾ ਇਹੋ ਜਿਹੀ ਵਰਤਾਈ ਆਪਣੀ ਕਿ ਲੋਕ ਲਕਰਾਏ ਪੈ ਗਏ ਧਾਗਿਆਂ ਤਵੀਤਾਂ ਵਾਲਿਆਂ ਵੱਲ, ਮੜੀਆਂ ਮਸੀਤਾਂ ਅਤੇ ਕਬਰਾਂ ਨੂੰ ਮੱਥੇ ਟਿਕਾਏ। ਕਬਰਾਂ ਨੂੰ ਮੱਥੇ ਟਿਕਾਉਂਦੇ ਇੱਟਾਂ ਬਣਾ ਲਈਆਂ, ਇੱਟਾਂ ਦਾ ਸਮਾਧ ਬਣਾ ਲਈ, ਆਪਣਾ ਪਰਪੰਚ ਰਚ ਲਿਆ, ਸੰਗਤ ਆਉਣ ਡਿਆ ਵੀ ਉਹਨਾਂ ਦੇ ਕੋਲ ਕੋਈ ਰੋਟੀ ਪਾਣੀ ਦਾ ਟੁੱਕ ਦਾ ਸਾਧਨ ਬਣਾ ਲਿਆ ਉਹਨਾਂ ਨੇ। ਸੋ ਗੁਰੂ ਰੂਪ ਸਾਧ ਸੰਗਤ ਜੀ, ਜਦੋਂ ਇਹ ਬਚਨ ਸੁਣਾਇਆ ਬਾਬਾ ਜੀ, ਅਤੇ ਬਾਬਾ ਜੀ ਗਾੜੀਆਂ ਚੁੱਪ ਕਰ ਰਹੇ, ਬੱਚੂ ਕਰੀਏ ਕੀ, ਇਹ ਤਾਂ ਘਰ ਘਰ ਥਾਂ ਥਾਂ ਦੇ ਖਲਾਰਾ ਪਾ ਲਿਆ ਵਾ, ਚਲੋ ਸਿਆਲ ਆਲਣ ਦਿਓ, ਸਿਆਲ ਲੰਘ ਲੈਣ ਦਿਓ, ਅਤੇ ਇਹਨਾਂ ਨੂੰ ਡਾਂਗ ਫਿਰ ਕੇ ਲੱਸੀ ਲੁੱਸੀ ਪਿਆੜ ਕੇ ਅਤੇ ਪਹਾੜਾਂ ਵੱਲੋਂ ਕੱਢ ਛੱਡਾਂਗੇ। ਇਹ ਹੁਣ ਮੌਜੀ ਠਾਕਰ ਉਹ ਆਪ ਹੀ ਜਾਣਦੇ ਸਨ ਕਿ ਕਿਹਨਾਂ ਨੂੰ ਕੱਢਣਾ ਅਤੇ ਕੀ ਕਰਨਾ, ਇਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ। ਪਰ ਇਸ ਗੱਲ ਦਾ ਥੋੜ੍ਹਾ ਜਿਹਾ ਪਤਾ ਸੀ ਕਿ ਦੁਨੀਆ ਕਿਰਾਏ ਪਾਉਣ ਵਾਸਤੇ ਜਿਹੜੇ ਸਾਧ ਲੋਕਾਂ ਨੂੰ ਪਖੰਡ ਰਚ ਕੇ ਆਪਣਾ ਡੰਬਰ ਰਚੇ ਆ, ਕਿਸੇ ਨੇ ਕੋਈ ਤਵੀਤ ਕੱਢਣੇ, ਕਿਸੇ ਨੇ ਕੋਈ ਜਲ ਧਾਰਾ ਕਰਕੇ ਦੇਣਾ, ਕਿਸੇ ਨੇ ਕੁਝ ਕਰਨਾ, ਪਖੰਡ ਰਚੇ ਹੀ। ਕਈਆਂ ਬੀਬੀਆਂ ਨੇ ਵੀ ਵਾਲ ਵੂਲ ਰੱਖੇ, ਜੂੜੇ ਰੱਖੇ, ਅਤੇ ਕੇਸ ਜਾ ਕੇ ਜਟਾਂ ਜੁਟਾਂ ਰੱਖ ਕੇ ਪਖੰਡ ਰਚੇ। ਆਪੋ ਆਪਣੇ ਡੰਬਰ ਬਹੁਤ ਜ਼ਿਆਦਾ ਸੀ ਉਹਨਾਂ ਦਿਨਾਂ ਵਿੱਚ, ਇਹ ਗੱਲ 76-75 ਦੀ ਕਰਨ ਡੇ, 76-75 ਸਾਲ ਦੀ। ਸੋ ਗੁਰੂ ਸਾਧ ਸੰਗਤ ਜੀ ਮੁੜ ਕੇ ਕੁਝ ਚਿਰ ਬਾਬਾ ਜੀ ਚੁੱਪ ਕਰ ਰਹੇ, ਫਿਰ ਆਖਣ ਲੱਗੇ ਬੱਚੂ ਆਪਾਂ ਡੰਡੇ ਵਾਲੇ ਸਿੱਧੇ ਕਰਾਂਗੇ, ਡੰਡੇ ਵਾਲੇ ਖੜਾਂਗੇ, ਇਹਨਾਂ ਨੂੰ ਡਾਂਗਣਾ ਸਿੱਧੇ ਕਰਨਗੇ ਅਤੇ ਆਪੇ ਹਿੱਕ ਹੋ ਕੇ ਤਾਂ ਨੂੰ ਪਹਾੜਾਂ ਨੂੰ ਚਾੜ ਦੇਣਗੇ। ਸੋ ਗੁਰੂ ਸਾਧ ਸੰਗਤ ਜੀ ਬਾਅਦ 'ਚ ਜੁਝਾਰੂ ਸਿੰਘਾਂ ਦਾ ਜਥੇ ਤਿਆਰ ਹੋਏ, ਜਿਨ੍ਹਾਂ ਤੋਂ ਡਰਦਿਆਂ ਹੀ ਇਹਨਾਂ ਨੇ ਮੈਦਾਨ ਛੱਡਣਾ ਪਿਆ ਇਹਨਾਂ ਲੋਕਾਂ ਨੂੰ, ਜਿਹੜਾ ਆਪਣਾ ਡੰਬਰ ਰਚ ਕੇ, ਅਤੇ ਜਦੋਂ ਬਾਬਾ ਜੀ ਨੇ ਬਚਨ ਕੀਤਾ ਛੱਡ ਦਿੱਤਾ ਕਿ ਡੰਡੇ ਵਾਲੇ ਉੱਠਣਗੇ, ਉਹਨਾਂ ਨੇ ਜੁਝਾਰੂ ਸਿੰਘਾਂ ਨੇ ਬੜੇ ਦਬਕੇ ਛਪਕੇ ਮਾਰੇ, ਜਿਹੜੇ ਇਹੋ ਜਿਹੇ ਬਾਬੇ ਪਖੰਡ ਰਚਦੇ ਸੀ, ਕਈਆਂ ਦੀਆਂ ਨੱਕ ਨਾਲ ਲਕੀਰਾਂ ਕਢਾਈਆਂ, ਕਈਆਂ ਨੂੰ ਸਿਹਤ ਚੰਗੀ ਦਿੱਤੀ ਵੀ ਸਿੱਧੇ ਪਾਸੇ ਲੱਗੋ। ਸੋ ਸਮਾਂ ਬੀਤਦਾ ਗਿਆ, ਮਹਾਂਪੁਰਖਾਂ ਦੇ ਬਚਨ ਅਟਲ ਹੋਏ। ਕੋਈ ਸਮਾਂ ਇਹੋ ਜਿਹਾ ਬਾਅਦ 'ਚ ਆਇਆ ਕਿ ਇਹ ਜਿਹੜੇ ਕੌਤਕ ਕਰਨ ਵਾਲੇ ਜਾਂ ਵਰਤਾਉਣ ਵਾਲੇ, ਆਪਣੇ ਆਪ ਨੂੰ ਆਪਣੇ ਆਪ ਦੀ ਸੋਭਾ ਜਣਾਉਣ ਵਾਲੇ, ਇਹ ਸਾਰੇ ਜੀਵ ਜਿਹੜੇ ਆ ਇਸ ਪਾਸੇ ਨੂੰ ਛੱਡ ਕੇ ਅਤੇ ਥੋੜ੍ਹਾ ਜਿਹਾ ਗੁਰੂ ਦੇ ਲੜ ਵੀ ਲੱਗੇ। ਸੋ ਦਾਸਰੇ ਵੀ ਉਸ ਟਾਈਮ
एक आप पिंड नगर च गए, साढ़े नाल भाई बाला सिंह निके घूमना वाला सी, बाबा जी का बचन, बाबा जी के गाड़ी ये भी बेनती की कि महाराज जी सूरज का प्रकाश जड़ा वा सारी धरती ते पैंदा वा, ते बल्ब जड़े आ अंदरां च जगदे अंदरां दे विच ही प्रकाश हुंदा वा, ते जदों सूरज दियां किरणां त्रेल दे उत्ते पैंदियां ने ते त्रेल सुभायमान हुंदी आ, ते तुसीं इस तरह करो जिहड़े तुहाडे सिख सेवक ने जिन्ने आ सिख सेवक धरती ते पैदा होए सारिआं नूं बख्शी लो करो, थोड़ा जिहा उन्हां दे हिरदिआं दे विच प्रकाश करो, जिहड़े इह मत नूं त्याग के ते गुरू दी मत नूं ग्रहण करन ते गुरु वाली गल दे उत्ते असर करके ते खंडे बड़े दा अमृत छकन जा शब्द लैके कमाई करन, कुछ ना कुछ करन, कराए ना पैण, अपने मन नूं सेहत सच्ची ते सुची देण। बाबा जी आखन लगे चंगा समां बच्चू आपे आऊ, हौली हौली बदलू रुत। सो दास रे एक वारी भाई बाला निक्के घूमने वाला जो बाबा जी का निकटवर्ती कारखाने वाला बटाले रहिंदे ने उह साढ़े नाल चल गए। एक थां एक साध उहदी महिमा बड़ी सुनी कि साध बड़ा उच्च पदवी का मालिक आ, तो वो दर्शन मेले कर चलीए। जदों आप दर्शन मेले कर चल गए तो जदों जाके वेख्या तो उन्हें डंबर बड़ा रचिया। जदों उन्हों पुछया कि बाबा जी तुसीं ये मतलब ताडे को दुनिया आउंदी आ, ताडे को की आ कलामत, ताडे को योग शास्त्र की आ, ताडी विद्या की आ, ताडे को मतलब कादे आसरे जिहड़ी इन्नी दुनिया आउंदी आ, क्यों आउंदी आ। तो साधु कहण लगा कि आ वेखो मेरे को 52 बाबे आ, ये 52 बाबियां दी शक्ति सदका ही दुनिया मेरे को आउंदी आ। आपां की खेड आपां पहला रले सी, बाले नूं आपां बीमार बना लिया ते झुब झब उहनूं खेखदा मरवा लिया, आखी मैं ठीक ही नहीं गा। तो उहनूं ये समझाया भी तू बोलना नहीं, तू मस्त मलंग रहना, क्योंकि साडा सुभाअ काला सी, आपां छेती बोल पैंदे सी, बाला थोड़ा जिहा मस्त रहण वाला सी। जदों बाला पूरी मस्ती दे विच चला गया ते झुब मारिया खेत खूस दा, मूँह सिर ढकिया कि बाबा जी ये ठीक नहीं गा, ता बाबा जी बैठे ते कहन लगे अच्छा ठीक नहीं गा, ते वो कहन लगे भी चंगा ठीक हो जूगा। समा आया चलो आपां नूं समझाया भी ये काम छड़ दे चंगा नहीं गा। जदों वो आख्या भी ये डंबर जड़ा रोटी पानी दा कोई किरत विरत करके छकना चाहिए, किरत विरत नूं बरकत मिली आ, ते जड़ा इस तरह खाणा वा इहदे नाल बुद्ध भ्रिष्ट हो जांदी आ। बाबा सो खाणा खुशी खवार, जित खाधे धन पीड़िए मन में चले विकार। ये तो खाने होर ने पर यह भी जरा पूजा का धन भी जरा खाना वे ये भी बुद्ध भ्रिष्ट हो जाती है, ये भी बंदे की मत जी मलीन हो जाती है, तो नाम के नाल जुड़ नहीं सकता। बा क्योंकि बाबा जी कहते जे मुड़के की करके खाऊगा तो ये अंदर नाम चलूगा, सो जे मुड़के की करके ना खाऊगा तो ये अंदर नाम की कल्पना की रहनी है, तो रोटी का लेखा नहीं पूरा होना, यदि बुद्ध भ्रिष्ट हो गए भौंदी भाई फिरनी आ। सो जदों आप आ गए कुछ चिर समा पाया, पता लगा कि बाबे जी की महिमा उस बाबे की महिमा बड़ी उपमा उची हो गई आ, तो वो लोगों के मतलब कण कुण कढ़न डा पाया, मेले मना डा पाया। साडे लागे रिश्तेदारी सी भागो कावें, तो लागे पिंड तकाला सी जी की गल आ, उत्थे लाग उस पिंड की ये गल आ। जदों आपां भागो कावें गए तो साडे पापा जी सरदार नाजर सिंह भागो कावें वाले जदों ये साडे नाल उत्थे गए तो जाके की वेख्या, ये आखन लगे पहला भी बलिंदर सिंह बोलना नहीं समझाते रहे, मैं हाँ हाँ करीगा हाँ हाँ करीगा, पर आपां दा सुभाव हो जा सी हर एक ना पंगा लैना, गुरु की गल करनी तो जे किसी ने मनी आ तो ठीक आ, नहीं मनी तो वो को सुन भी ली, जो कोई उच्चा बोलता तो वो को सुन के गांह परमार्थ की गल सुन के ग्रहण कर ली आ, तो जे किसी नूं नहीं आई तो उन्हें दसन भी पैना, ये सुभाव पहलां तो बाबा जी ने सानूं बख्श दिता है। जदों आपां उहदे कोल गए तो अहीं फिर पुछया, बाबा जी तुहाडी आ खेड बड़ी आ, गाड़ी वेख्या तो अमृतधारी सिंह जिहड़े कविशरी करन डे उहदे डेरे दे विच, मन नूं बड़ा दुख जिहा महसूस होया, तो गुरु ग्रंथ साहिब की भीड़ भी इन्हां ने रखी, भोग पाए लंगर लाए सब संगतां छकण डईआं, पर वेख्या की कि उहने सारिआं पातशाहां दहां पातशाहां दे छड के जो कबीर नामदेव तरलोचन फरीद सारे बाबिआं दीआं फोटो लाइयां, विचे देवी देवतिआं दीआं सारिआं दीआं लाइयां, तो आंदा आ 52 कम्म जिहड़े आ बाबा ही करदे आ। आपां फिर अंदर लै गए, बाबा जी को तुहाडे नाल वी बचन करना, अहीं अहे दसो अहीं आखिआ जी गुप्त हो के करना, आंदा जी चलो गुप्त हो के कर लो जी। अहीं फिर पापा जी नूं तो पुछिआ नहीं, जदों अंदर लै वड़े कच्चा उहदा साफ जिहा साफा जिहा लम्मा जिहा ही इक कमरा, दोवें पासे उहने मतलब दरवाजे रखे सी, ते जदों
पहला बेचारे थे बहुते कच्चे, जदों फिर उन्हें पक्के पुके भी पाले, जिधर दवान शवान लवाए उन्हें, जिधर लंगर लुंगर लगे, पर वो जिहड़े बाबे दा घर बनाया उन्हें कच्चा ही बनाया। उत्थे जाके उन्हें साफ साली थले बह गया, आप आसन ते बह गया, आपां गाड़ी दासरे बन के उहदे बह गए। जदों पुछण लगा आंदा की गल आ, अहीं आखा जी सानूं ते कोई साडी कोई बिरती नहीं कायम रहिंदी, एकागर चित नहीं होया जांदा, ते तुसीं कोई बख्शिश करो, ते तुहाडे कोल सिद्धी काहदी।